ਮਨੀ ਲਾਂਡਰਿੰਗ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਸਤਿੰਦਰ ਜੈਨ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ। ਇਸ ਮਾਮਲੇ ਵਿੱਚ ਸੀਬੀਆਈ ਨੇ ਜੈਨ ਦੇ ਖਿਲਾਫ ਮੁੱਢਲੀ ਜਾਂਚ ਦਰਜ ਕਰ ਲਈ ਹੈ। ਉਧਰ ਇਸ ਮਾਮਲੇ ਤੇ ਕਾਂਗਰਸ ਨੇਤਾ ਤਾਰਿਕ ਅਨਵਰ ਦਾ ਕਹਿਣਾ ਹੈ ਕਿ ਇਹ ਗੱਲ ਸਹੀ ਹੈ ਕਿ ਸੀਬੀਆਈ ਜਿਸ ਤਰ੍ਹਾਂ ਨਾਲ ਵਿਰੋਧੀ ਧਿਰ ਦੇ ਇੱਕ ਨੇਤਾ ਖਿਲਾਫ ਕੰਮ ਕਰ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਉਸਦਾ ਰਾਜਨੀਤਿਕ ਇਸਤੇਮਾਲ ਹੋ ਰਿਹਾ। देखिए, केजरीवाल जी क्यों मंत्री है, जाहिर है वो अपने मंत्री का पक्ष लेंगे। और ये बात भी सही है कि जो सीबीआई आज जिस प्रकार से आज काम कर रही है और ख़ास तौर पर विपक्ष के एक एक नेता के खिलाफ, एक एक पार्टी के खिलाफ जिस तरह से सारे देश में सक्रिय है, उसका राजनीतिक इस्तेमाल हो रहा है। इसके बाद लोगों को ये लगता है कि सीबीआई पक्षपात कर रही है।